ਪਾਣੀ ਪੀਣ ਦੇ ਨਾਲ 5 ਬੱਚਿਆਂ ਦੀ ਮੌਤ ਹੋ ਗਈ। ਸੁਣ ਕੇ ਤੁਹਾਨੂੰ ਜ਼ਰੂਰ ਇਹ ਅਜੀਬ ਲੱਗਦਾ ਹੋਏਗਾ, ਪਰ ਦੱਸ ਦਈਏ ਕਿ ਇਸ ਪਾਣੀ ਨੇ 5 ਬੱਚਿਆਂ ਦੀ ਜਾਨ ਨਿਕਲ ਲਈ। ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ। ਜੀ ਹਾਂ, ਪਾਕਿਸਤਾਨ ਦੇ ਸਿੰਧ ਸੂਬੇ ਦੇ ਸੰਘਾਰ ਜ਼ਿਲ੍ਹੇ 'ਚ ਇੱਕ ਹੈਂਡ ਪੰਪ ਦਾ ਦੂਸ਼ਿਤ ਪਾਣੀ ਪੀਣ ਨਾਲ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸਰਹੱਦ ਪਾਰ ਸੂਤਰਾਂ ਮੁਤਾਬਕ ਸੰਘਾਰ 'ਚ 4 ਤੋਂ 8 ਸਾਲ ਦੇ 5 ਬੱਚਿਆਂ ਦੀ ਮੌਤ ਨੇੜੇ ਦੇ ਇੱਕ ਹੈਂਡ ਪੰਪ ਤੋਂ ਪਾਣੀ ਪੀਣ ਨਾਲ ਹੋਈ। ਸੰਬੰਧਿਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਾਣੀ ਪੀਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ, ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਕਰਕੇ ਹਸਪਤਾਲ ਲਿਜਾਇਆ ਗਿਆ ਅਤੇ ਇਲਾਜ ਦੌਰਾਨ ਇਹਨਾਂ ਬੱਚਿਆਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਮੁਰੀਦ ਪੱਟੀ ਮੁਮਤਾਜ਼, ਰਾਸ਼ਿਦ ਅਲੀ ਸਾਨੀਆ, ਜ਼ਮੀਰਾ ਵਜੋਂ ਹੋਈ। ਸੋ ਦੱਸ ਦੇ ਕਿ ਬੇਹੱਦ ਮਨਭਾਗੀ ਖਬਰ ਹੈ ਕਿ ਪਾਣੀ ਪੀਣ ਦੇ ਨਾਲ ਹੀ 5 ਬੱਚਿਆਂ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਜੋ ਇਹ ਹੈਂਡ ਪੰਪ ਦਾ ਪਾਣੀ ਸੀ ਇਹ ਦੂਸ਼ਿਤ ਸੀ, ਜਿਸ ਨੂੰ ਪੀਣ ਤੋਂ ਬਾਅਦ ਬੱਚਿਆਂ ਦੀ ਹਾਲਤ ਇੱਕਦਮ ਤੋਂ ਵਿਗੜ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਹਨਾਂ ਨੇ ਦਮ ਤੋੜ ਦਿੱਤਾ। ਮਾਪਿਆਂ ਨੂੰ ਕੀ ਪਤਾ ਸੀ ਕਿ ਇਹ ਹੈਂਡ ਪੰਪ ਇਹਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਜਾਏਗਾ।